ਪੰਜਾਬ ਦੇ ਵਿੱਚ ਕਈ ਸਟੇਸ਼ਨਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਅਲਰਟ ਹੈ। ਖਾਸ ਤੌਰ 'ਤੇ ਬਠਿੰਡਾ ਅਤੇ ਫਰੀਦਕੋਟ ਵਰਗੇ ਸਟੇਸ਼ਨਾਂ ਦੇ ਨਾਂ ਇਸ ਚਿੱਠੀ ਦੇ ਵਿੱਚ ਸ਼ਾਮਲ ਨੇ, ਪਰ ਬਠਿੰਡਾ ਸੁਰੱਖਿਆ ਦੇ ਕਿਸ ਤਰ੍ਹਾਂ ਦੇ ਇੰਤਜ਼ਾਮ ਨੇ ਤੁਹਾਨੂੰ ਇਹ ਵੀ ਦਿਖਾਏ, ਅਤੇ GRP ਅਤੇ RPF ਦੇ ਜੁੰਮੇ ਸੁਰੱਖਿਆ ਦਾ ਹਵਾਲਾ ਹੈ ਮੇਰੇ ਨਾਲ ਰਾਜੇਸ਼ ਕੁਮਾਰ ਨੇ GRP ਤੋਂ। ਸਰ, ਕਿਸ ਤਰ੍ਹਾਂ ਦੇ ਸੁਰੱਖਿਆ ਦੇ ਇੰਤਜ਼ਾਮ ਨੇ ਅਲਰਟ ਦੇ ਉੱਪਰ ਬਠਿੰਡਾ ਅਤੇ ਅਲਰਟ ਦੇ ਉੱਪਰ ਫਰੀਦਕੋਟ? ਅਲਰਟ ਹਮੇ ਮਿਲਾ ਹੋਇਆ ਹੈ ਔਰ ਉਸੀ ਕੇ ਸੰਬੰਧ ਮੇਂ ਡੇਲੀ ਸਿਵਲ ਪੁਲਿਸ SP ਸਾਹਿਬ ਵੀ ਸਵੈਮ ਆਤੇ ਹੈ, GRP ਸਟਾਫ, RPF ਸਟਾਫ ਔਰ ਡੋਗ ਸਵੈਡ ਕੇ ਸਾਥ ਡੇਲੀ ਚੈਕਿੰਗ ਲਗਾਤਾਰ ਕੀ ਜਾ ਰਹੀ ਹੈ। ਅਬ ਤੱਕ ਐਸਾ ਕੋਈ ਮਾਮਲਾ ਸਿਆਨ ਵੀ ਨਹੀਂ ਆਇਆ ਕਿ ਡਾਊਟ ਬੋਲ ਕੋਈ। ਸਰ, ਲੱਗਤਾ ਫੋਰਸ ਹੋਰ ਵਧਾਉਣੀ ਪੈਣੀ, ਐਂਟਰੈਂਸ ਦੇ ਉੱਪਰ ਸਿਵਲ ਪੁਲਿਸ ਵੀ ਮੌਜੂਦ ਨਹੀਂ ਹੈ, ਹਾਲਾਂਕਿ ਬਾਹਰ ਦਾ ਏਰੀਆ ਪੰਜਾਬ ਪੁਲਿਸ ਦਾ ਪੈਂਦਾ ਹੈਗਾ, ਲੱਗਦਾ ਨਹੀਂ ਕੋਆਰਡੀਨੇਸ਼ਨ ਕਰਕੇ ਉੱਥੇ ਪੁਲਿਸ ਹੋਵੇ, ਐਂਟਰੈਂਸ ਦੇ ਵਿੱਚ ਪੌੜੀਆਂ ਨੇ, ਉੱਥੇ ਪੁਲਿਸ ਨਹੀਂ ਹੈ। ਐਂਟਰੈਂਸ ਕੇ ਬਾਹਰ ਸਿਵਲ ਪੁਲਿਸ ਕਾ ਏਰੀਆ ਹੈ ਔਰ ਵਹਾਂ ਪਰ ਲਗਾਤਾਰ ਰਹਤੇ ਵੀ ਹੈ, ਉਹ ਆਪਨੇ ਦੇਖਾ ਹੋ ਜਾਗਿਆ ਵੀ ਵਹਾਂ ਪਰ ਰਹਤੇ ਹੈ ਔਰ ਅੰਦਰ ਜਾ ਐਂਟਰ ਕਰਤੇ ਹੈ ਵਹਾਂ ਪਰ GRP ਸਟਾਫ ਵੀ ਲਗਾਤਾਰ ਰਹਤੇ ਹੈ ਔਰ ਅੰਦਰ ਕੇ ਏਰੀਆ ਮੇਂ RPF ਸਟਾਫ ਵੀ ਲਗਾ ਹੁਆ ਹੈ, ਲੇਕਿਨ ਆਜ ਕੇ ਟਾਈਮ ਮੇਂ ਸਟੈਂਡ ਕੀ ਥੋੜਾ ਕਮੀ ਹੋ ਗਈ ਹੈ ਤੋ ਇਸ ਲਈ ਮੈਕਸੀਮਮ ਸਟਾਫ ਨਹੀਂ ਡਿਪਲੋਇ ਹੋ ਸਕਦਾ। ਸਰ, ਕਿੰਨਾ ਕੁ ਸਟਾਫ ਹੈ RPF ਜਾਂ ਤੁਹਾਡੇ GRP ਦੀ ਗੱਲ ਕੀਤੀ ਜਾਵੇ, ਟੋਟਲ ਬਠਿੰਡਾ ਜੰਕਸ਼ਨ ਦੇ ਉੱਪਰ ਕਿੰਨੇ ਕਰਮਚਾਰੀ ਨੇ ਔਰ ਸੁਪਰਵਿਜ਼ਨ ਤੁਹਾਡੀ ਹੈ ਜਾਂ ਕੋਈ ਹੋਰ ਸੀਨੀਅਰ ਅਫਸਰ ਨੇ, ਕੌਣ ਕੌਣ ਨੇ? ਇਸ ਟਾਈਮ ਦੇ ਬਾਰੇ ਮੈਂ ਦੇਖੋ, ਮੈਂ ਆਪਕੋ ਨਹੀਂ ਬਤਾ ਸਕਤਾ ਉਸ ਟਾਈਮ ਦੇ, ਲੇਕਿਨ ਲਗਾਤਾਰ ਸ਼ਿਫਟ ਮੇਂ ਰਹਤੇ ਹੈ। ਹਮਾਰੇ ਪਾਸ ਜੁਡੀਸ਼ਨ ਹੈ, ਮੇਰੇ ਪਾਸ 135 ਕਿਲੋਮੀਟਰ ਜੁਡੀਸ਼ਨ ਹੈ ਔਰ ਉਸਮੇ ਪੂਰੇ ਜੁਡੀਸ਼ਨ ਮੇਂ ਮੁਝੇ ਸਟਾਫ ਡਿਪਿਊਟ ਕਰਨਾ ਹੋਤਾ ਹੈ ਔਰ ਐਸਕੋਰਟਿੰਗ ਵੀ ਹੋਤੀ ਹੈ, ਹਮਾਰੇ ਪਾਸ ਟ੍ਰੇਨਿੰਗ ਦੀ, ਟ੍ਰੇਨ ਮੇਂ ਵੀ ਸਟਾਫ ਲਗਾਉਣਾ ਪੜਤਾ ਹੈ। ਸਰ, ਸਕੈਨਰ ਨਹੀਂ ਚੱਲ ਰਹੇ, ਲੋਕ ਸਿੱਧੇ ਨਿਕਲ ਰਹੇ ਨੇ, ਲੱਗਦਾ ਵੀ ਉਹ ਜਲਦੀ ਠੀਕ ਕਰਵਾਉਣੇ ਚਾਹੀਦੇ ਨੇ, ਕਿ ਦਿੱਕਤ ਕੀ ਹੈ ਟੈਕਨੀਕਲ ਦੀ? ਸਕੈਨਰ ਮਸ਼ੀਨ ਮੇਂ ਕੁਛ ਫਾਲਟ ਆਇਆ ਥਾ ਜਿਸ ਕਾ ਫਾਈਲ ਮੰਡਲ ਕਾਰਿਆਲਿਆ ਅੰਬਾਲਾ ਕੇ ਤਹਿਤ ਪ੍ਰੋਸੈਸ ਮੇਂ ਹੈ, ਜਲਦ ਠੀਕ ਕਰਵਾ ਲਿਆ ਜਾਏ। ਉਹ ਕੀ ਕਰਦੇ ਸਰ, ਕਦੋਂ ਤੱਕ ਹੋ ਜਾਏਗਾ? ਦੇਖੋ, ਡੇਲੀ ਲਗਾਤਾਰ ਮੇਰੇ ਦੁਆਰਾ ਪੱਤਰਾਚਾਰ ਵੀ ਕੀਤਾ ਗਿਆ ਹੈ ਤੋ ਉਹ ਅਭੀ ਦਿੱਲੀ ਫਾਈਲ ਗਈ ਹੋਈ ਹੈ ਤੋ ਦਿੱਲੀ ਸੇ ਅਪਰੂਵ ਹੋਗਾ ਉਸਕਾ। ਬਸ, ਬਿਲਕੁਲ। ਰਾਜੇਸ਼ ਕੁਮਾਰ ਨੇ ਦੱਸ ਰਿਹਾ ਕਿ ਸੁਰੱਖਿਆ ਇੰਤਜ਼ਾਮ ਕਿਸ ਤਰ੍ਹਾਂ ਦੇ ਨੇ, ਹਾਲਾਂਕਿ ਨਫਰੀ ਕਈ ਵਾਰੀ ਵੱਧ ਜਾਂਦੀ ਹੈ, ਘੱਟ ਜਾਂਦੀ ਹੈ, ਸਕੈਨਰ ਬੰਦ ਨੇ, ਕਹਿ ਰਹੇ ਕਿ ਜਲਦੀ ਜਦੋਂ ਬਜਟ ਆਏਗਾ ਠੀਕ ਕਰਾਇਆ ਜਾਏਗਾ, ਪਰ ਪੂਰੇ ਪੰਜਾਬ ਦੇ ਵਿੱਚ ਸਟੇਸ਼ਨਾਂ 'ਤੇ ਅਲਰਟ ਹੈ ਔਰ ਜਗ੍ਹਾ ਜਗ੍ਹਾ 'ਤੇ RPF, ਪੰਜਾਬ ਪੁਲਿਸ ਅਤੇ GRP ਦੇ ਜਵਾਨ ਨੇ ਜਿਹੜੇ ਉਹ ਸੁਰੱਖਿਆ ਦੇ ਵਿੱਚ ਤੈਨਾਤ ਨੇ। ਬਠਿੰਡਾ ਦਾ ਇਹ ਤੁਹਾਨੂੰ ਰੇਲਵੇ ਜੰਕਸ਼ਨ ਦਿਖਾ ਰਿਹਾ ਜਿਸ ਜਗ੍ਹਾ ਦੇ ਉੱਪਰ ਜਗ੍ਹਾ ਜਗ੍ਹਾ ਦੇ ਉੱਪਰ CCTV ਨੇ ਜਿਹੜੇ ਉਹ ਇੰਸਟਾਲ ਕੀਤੇ ਹੋਏ ਨੇ, ਹਾਲਾਂਕਿ CCTV ਪਹਿਲਾਂ ਵੀ ਲੱਗੀ ਸੀ ਪਰ ਸਮੇਂ ਨੂੰ ਦੇਖਦਿਆਂ ਹੋਏ ਇਹਨਾਂ ਦੀ ਗਿਣਤੀ ਹੈ ਉਹ ਲਗਾਤਾਰ ਵਧਾਈ ਗਈ ਹੈ, ਕਿਉਂਕਿ ਜਦੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਸਾਹਮਣੇ ਆਉਣਗੀਆਂ, ਜਦੋਂ ਇਸ ਤਰ੍ਹਾਂ ਦੀਆਂ ਥ੍ਰੈਟ ਕਾਲਸ ਆਉਣਗੀਆਂ ਜਾਂ ਥ੍ਰੈਟ ਦੇ ਇਸ਼ਤਿਹਾਰ ਆਉਣਗੇ, ਤਾਂ ਕਰਕੇ ਸੁਰੱਖਿਆ ਹੈ ਜਿਹੜੀ ਉਹ ਲਾਜ਼ਮੀ ਹੋ ਜਾਂਦੀ ਹੈ। ਤੁਸੀਂ ਵੇਖੋ, ਮੈਂ GRP ਪੁਲਿਸ ਥਾਣੇ ਦੇ ਅੰਦਰ ਹਾਂ, ਇਸ ਜਗ੍ਹਾ ਦੇ ਉੱਪਰ ਹਾਈ ਡੈਫੀਨੇਸ਼ਨ ਕੈਮਰੇ ਨੇ ਜਿਹੜੇ ਉਹ 24 ਆਵਰ ਚੱਲਦੇ ਨੇ ਔਰ ਇਹਨਾਂ ਕੈਮਰਿਆਂ ਦੇ ਨਾਲ ਨਜ਼ਰ ਹੈ ਜਿਹੜੀ ਹਰੇਕ ਯਾਤਰੀ 'ਤੇ ਰੱਖੀ ਜਾਂਦੀ ਹੈ, ਜਿਸ ਦੀ CCTV ਫੁਟੇਜ ਹੈ ਉਹ ਤਕਰੀਬਨ ਧਿਆਨ ਦੇ ਨਾਲ ਦੇਖੀ ਜਾਂਦੀ ਹੈ, ਕਿਉਂਕਿ ਜੇ ਕਿਸੇ 'ਤੇ ਸ਼ੱਕ ਪੈਂਦਾ ਤਾਂ ਉਸਨੂੰ ਚੈੱਕ ਕੀਤਾ ਜਾਂਦਾ। ਮੇਰੇ ਨਾਲ ਇੱਥੋਂ ਦੇ ਇੰਸਪੈਕਟਰ ਨੇ। ਸਰ, ਕੀ ਹਾਲ ਚਾਲ ਹੈ ਜੀ? ਕਿਸ ਤਰ੍ਹਾਂ ਦੇ ਪ੍ਰਬੰਧ ਨੇ ਸਰ CCTV ਕੈਮਰੇ ਨੂੰ ਲੈ ਕੇ? ਬਠਿੰਡਾ ਸਟੇਸ਼ਨ ਪੇ ਵਰਤਮਾਨ ਮੇਂ 147 ਕੈਮਰਾ ਲਗੇ ਹੋਏ ਹੈ ਔਰ 24 ਆਵਰਸ ਮੇਂ ਸਟਾਫ ਡਿਊਟੀ ਰਹਤਾ ਹੈ ਔਰ ਲਗਾਤਾਰ ਸਟੇਸ਼ਨ ਕੀ ਨਿਗਰਾਨੀ ਕੀ ਜਾ ਰਹੀ ਹੈ ਕੈਮਰੋ ਸੇ। ਕੋਈ ਵੀ ਡਾਊਟਫੁਲ ਐਕਟੀਵਿਟੀ ਕੁਛ ਨਜ਼ਰ ਆਏ ਤੁਰੰਤ ਐਕਸ਼ਨ ਲਿਆ ਜਾਂਦਾ ਹੈ। ਪੰਜਾਬ ਸਾਹਿਬ, ਥ੍ਰੈਟ ਦਾ ਲੈਟਰ ਆਇਆ ਗਾ, ਉਸ ਤੋਂ ਬਾਅਦ ਅਲਰਟ ਕਿੰਨਾ ਹੋ ਗਿਆ, ਕਿੰਨੀ ਮੁਸਤੈਦ ਆ ਪੁਲਿਸ ਪਹਿਲਾਂ ਦੇ ਮੁਕਾਬਲੇ? ਤੁਹਾਡੀ ਪੁਲਿਸ ਹੋਗੀ, GRP ਹੋਗੀ, ਲੋਕਲ ਪੁਲਿਸ ਹੋਗੀ, ਕਿੰਨੀ ਨਫਰੀ ਵਧਾਤੀ? ਹਾਂ, ਜੋ ਅਲਰਟ ਕਾ ਇਨਪੁਟ ਆਇਆ ਇਸ ਕੇ ਸੰਬੰਧ ਮੇਂ ਲਗਾਤਾਰ ਚੈਕਿੰਗ ਜਾਰੀ ਹੈ। ਸਿਵਲ ਪੁਲਿਸ, GRP, RPF, ਡੋਗ ਸਕੁਐਡ, ਡੇਲੀ ਚੈਕਿੰਗ ਹੋਤੀ ਹੈ ਲਗਾਤਾਰ। ਸਰ, ਜੋ ਚੈਕਿੰਗ ਕਰਨ ਵਾਲੇ ਯਹਾਂ ਪੇ ਜੋ ਬੈਗ ਚੈੱਕ ਕੀ ਜਾਤੇ ਹੈ, ਵੋ ਸਿਸਟਮ ਨਹੀਂ ਚੱਲ ਰਹਾ, ਉਸਕੋ ਕਬ ਦਰਸਤ ਹੋ ਜਾਏਗਾ ਔਰ ਕਿਆ ਲੱਗਦਾ ਕਿਤਨਾ ਜਲਦੀ ਹੋਣਾ ਚਾਹੀਏ ਵੋ? ਉਸਕੇ ਲਈ ਪੱਤਰਾਚਾਰ ਕੀਤਾ ਗਿਆ ਹੈ ਔਰ ਫਾਈਲ ਇਸ ਟਾਈਮ ਦਿੱਲੀ ਲੈਵਲ ਪੇ ਪੈਂਡਿੰਗ ਹੈ। ਸਰ, ਇਹ ਕੈਮਰੇ ਕੈਸੇ ਵਰਕ ਕਰਤੇ ਹੈਂ, ਕਹਾਂ ਕਹਾਂ ਇਹ ਡਿਸਪਲੇ ਹੋਤਾ ਹੈ, ਕੌਣ ਕੌਣ ਇਸਕੋ ਸਕਰੂਟਨੀ ਕਰਦਾ ਹੈ, ਆਪ ਦੇਖਤੇ ਹੋ, ਆਪਕੇ ਸੀਨੀਅਰ ਅਧਿਕਾਰੀ ਦੇਖਤੇ ਹੈ? ਲਗਾਤਾਰ ਇੱਕ ਸਟਾਫ 24 ਘੰਟੇ ਕੇ ਲਈ ਡਿਪਿਊਟ ਹੋਤਾ ਹੈ ਔਰ ਲਗਾਤਾਰ ਨਿਗਰਾਨੀ ਰੱਖਤਾ ਹੈ ਔਰ ਜਬ ਫੁਟੇਜ ਕੀ ਜ਼ਰੂਰਤ ਪੜਤੀ ਹੈ ਬੈਕ ਰਿਕਾਰਡਿੰਗ ਕੀ ਤੋ ਚੈੱਕ ਕੀਤਾ ਜਾਤਾ ਹੈ। ਰਜੇ ਜੀ, ਜਬ ਇਸ ਤਰ੍ਹਾਂ ਕਾ ਅਲਰਟ ਆਤਾ ਹੈ ਤੋ ਜ਼ਿੰਮੇਵਾਰੀ ਕਿਤਨੀ ਬੜ ਜਾਤੀ ਹੈ, GRP ਕੀ, RPF ਕੀ, ਲੋਕਲ ਪੁਲਿਸ ਕੀ, ਕਿਤਨੀ ਜ਼ਿੰਮੇਵਾਰੀ ਤੋ ਬੜਤੀ ਹੈ? ਪੈਸੇਂਜਰ ਕੀ ਸਿਕਿਉਰਟੀ ਕਾ ਧਿਆਨ ਰੱਖਣਾ ਹੈ, ਰੇਲਵੇ ਪ੍ਰੋਪਰਟੀ
सिक्योरिटी का ध्यान रखना है, जिम्मेदारी तो बढ़ती है। ਇੰਸਪੈਕਟਰ ਨੇ ਰਾਜੇਸ਼ ਦੱਸ ਰਹੇ ਸੀ ਕਿ ਜ਼ਿੰਮੇਵਾਰੀ ਜ਼ਰੂਰ ਵਧੀ ਹੈ ਜਦੋਂ ਅਲਰਟ ਦੀ ਕਾਲ ਆਏਗੀ ਜਾਂ ਅਲਰਟ ਨੂੰ ਲੈ ਕੇ ਅਲਰਟ ਜਾਰੀ ਕੀਤਾ ਜਾਏਗਾ ਪੰਜਾਬ ਦੇ ਵਿੱਚ, ਤਾਂ ਕਰਕੇ ਇਸ ਤਰ੍ਹਾਂ ਦੇ CCTV ਕੈਮਰੇ ਇਸੇ ਕਰਕੇ ਲਾਜ਼ਮੀ ਹੋ ਜਾਂਦੇ ਨੇ। ਬੇਸ਼ੱਕ ਬਠਿੰਡਾ ਦੇ ਸਟੇਸ਼ਨ ਦੇ ਵਿੱਚ ਚੈਕਿੰਗ ਕਰਨ ਵਾਲੇ ਜਿਹੜੇ ਇੰਸਟਰੂਮੈਂਟ ਨੇ ਉਹ ਜ਼ਰੂਰ ਖਰਾਬ ਨੇ, ਪਰ ਦੂਸਰੇ ਪਾਸੇ CCTV ਦੇ ਜ਼ਰੀਏ ਬੈਠ ਕੇ ਹਰ ਸਟੇਸ਼ਨ ਦੇ ਉੱਪਰ ਲਗਾਤਾਰ ਹੈ ਉਹ ਨਜ਼ਰ ਰੱਖੀ ਜਾ ਰਹੀ ਹੈ। ਬਠਿੰਡਾ ਤੋਂ ਸੂਰਜ ਪਾਨ, ਨਿਊਜ਼ 18 ਪੰਜਾਬ।